ਸੱਚੀ ਗੱਲ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂ ਬਿਜਲਵਾਨ ਤਖਸ਼ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਸਾਡੇ ਨਾਲ ਇੱਥੇ ਮੌਜੂਦ ਨੇ ਸਰ ਇਹ ਰੋਲਾ ਜੇ ਹੈ ਇਹ ਰੋਲਾ ਕਿਉਂ ਸ਼ੁਰੂ ਹੋਇਆ ਕਿ ਇਹ ਰੋਲਾ ਸਿਰਫ ਕਿ ਇਹ ਤਾਂ ਗੋਲਕ ਦੀ ਸਰਦਾਰੀ ਨੂੰ ਲੈ ਕੇ ਹੈ ਬੇਟਾ ਮੈਂ ਤਾਂ ਇਹਨਾਂ ਜਾਣਦਾ ਵੀ ਇਹ ਨਕਲੀ ਡਾਕਟਰ ਸਮਰਾ ਉੱਤੇ ਕੋਈ ਸਮਾਨ ਲੈ ਕੇ ਆਇਆ ਜਿਸਨੇ ਜਿਸਤੇ ਨੇ ਦਾ ਲਿਖਤੀ ਲੈਟਰ ਹੈਡ ਵਗੈਰਾ ਮੈਂ ਤੁਹਾਨੂੰ ਸਾਰੇ ਦਿਖਾਏ ਨੇ ਉਹਨੂੰ ਭੇਜ ਵੀ ਦੇਵਾਂਗਾ ਤੁਸੀਂ ਸਾਰੇ ਸਕਰੀਨ ਤੇ ਦਿਖਾ ਸਕਦੇ ਹੋ ਜਿਹੜੇ ਸਬੂਤ ਨੇ ਇਹ ਸਾਰੇ ਜੈਨੂਨ ਨੇ ਔਰ ਸਾਰੇ ਪੁਲਿਸ ਰਿਕਾਰਡ ਤੇ ਅਦਾਲਤਾਂ ਦੇ ਰਿਕਾਰਡ ਦੇ ਆਧਾਰਤ ਨੇ ਕਿ ਇਹ ਬੰਦਾ ਕੀ ਕੀ ਕਰਦਾ ਰਿਹਾ 40 ਤੋਂ ਵੱਧ ਇਸ ਤੇ ਐਫ ਆਈ ਆਰ ਪਹਿਲੇ ਸਾਨੂੰ ਤਾਂ ਪਤਾ ਨਹੀਂ ਸੀ ਅਸੀਂ ਤਾਂ ਗੁਰੂ ਰੂਪ ਸਮਝਿਆ ਜਦ ਇਹਨੇ ਕਿਹਾ ਵੀ ਇਹ 5 ਕਿਲੋ ਦਾ ਪੀੜਾ ਹੈ ਜੀ ਇਹ ਕਿਰਪਾਨ ਐਨੇ ਦੀ ਹੈ ਹੋਰ ਚੀਜ਼ਾਂ ਲਿਖ ਲਿਖ ਕੇ ਦਿੱਤੀਆਂ ਸੀ ਉਹ ਬੋਲੀਆਂ ਵੀ ਉਹੀ ਚੀਜ਼ਾਂ ਇਹਦੀਆਂ ਲਿਖੀਆਂ ਹੋਈਆਂ ਜਨ ਸਕੱਤਰ ਨੇ ਸਤਕਾਰਯੋਗ ਸਰਦਾਰਿੰਦਰਜੀਤ ਸਿੰਘ ਜੀ ਤਖਤ ਪਟਨਾ ਸਾਹਿਬ ਉਹਨਾਂ ਨੇ ਵੀ ਬੋਲਿਆ ਅਸੀਂ ਇਹਨਾਂ ਨੂੰ ਕਿਹਾ ਇਹ ਤਾਂ ਅਨੰਨ ਸੇਵਕ ਹੈ ਵੀ ਇਹਨਾਂ ਵਰਗਾ ਵਾਕਈ ਮੈਂ ਆਪਣੇ 3 ਸਾਲ ਦੀ ਸੇਵਾ ਦੌਰਾਨ ਨਹੀਂ ਦੇਖਿਆ ਵੀ ਕੋਈ ਇੰਨਾ ਵੱਡਾ ਸੋਨਾ ਲੈ ਕੇ ਸਾਨੂੰ ਤਾਂ ਅਸੀਂ ਸੁਨਾਰੇ ਤਾਂ ਹਾਂ ਨਹੀਂ ਨਾ ਸਾਨੂੰ ਕਸਵੱਟੀ ਲਾਉਣੇ ਆਉਂਦੀ ਹੈ ਨਾ ਅਸੀਂ ਸ਼ੱਕ ਵੀ ਤਾਂ ਨਹੀਂ ਨਾ ਕਰ ਸਕਦੇ ਜੇ ਕੋਈ ਬੰਦਾ ਆਇਆ ਉਹਨੇ 100 ਰੁਪਏ ਦਾ ਨੋਟ ਗੋਲਕ ਚ ਪਾਇਆ ਜਾਂ ਸਾਡੇ ਅੱਗੇ ਕਥਾ ਜਿ ਭੇਟ ਕਰ ਦਿੱਤਾ ਤੇ ਅਸੀਂ ਉਹਨੂੰ ਇਹ ਥੋੜੀ ਕਵਾਂਗੇ ਕਿ ਭਾਈ ਪਹਿਲੇ ਚੈੱਕ ਕਰਾ ਅਸਲੀ ਰੱਖਿਆ કે ਨਕਲੀ ਰੱਖਿਆ ਇਹ ਤਾਂ ਬਾਅਦ ਚ ਹੀ ਪਤਾ ਲੱਗੇਗਾ ਨਾ ਤੇ ਜਦ ਬਾਅਦ ਅਸੀਂ ਤਾਂ ਸਮਝਾ ਇਹਨੇ ਸੋਨਾ ਸਾਰਾ ਜਿਵੇਂ ਕਹਿ ਰਹੇ ਹੋਣ ਜੀ ਦਿੱਤਾ ਹੈ ਸਵਾ ਸਿਹਰ ਦੀ ਸ੍ਰੀ ਸਾਹਿਬ ਦਿੱਤੀ ਹੈ ਜਿਵੇਂ ਜਿਵੇਂ ਇਹਨੇ ਕਿਹਾ ਔਰ ਉਹ ਬੋਲਿਆ ਗਿਆ ਸਟੇਜ ਤੇ ਅਸੀਂ ਇਹਨਾਂ ਦਾ ਮਾਣ ਕੀਤਾ ਪਰ ਮਾਣ ਕਰਨਾ ਪਾਪ ਨਹੀਂ ਹੈ ਨਕਲੀ ਸਮਾਨ ਗੁਰੂ ਘਰ ਭੇਟ ਕਰਨਾ ਪਾਪ ਹੈਗਾ ਫਿਰ ਜਦੋਂ ਕਮੇਟੀ ਬਣਾ ਕੇ ਉਹਦੀ ਜਾਂਚ ਪੜਤਾਲ ਹੋਈ ਵੀ ਕਿੰਨਾ ਸੋਨਾ ਕਿਉਂਕਿ ਕੋਸ਼ ਤਖਤ ਸਾਹਿਬ ਦੇ ਖਜ਼ਾਨੇ ਜਮਾ ਹੋਣਾ ਇਹ ਜਿਹੜਾ ਡੋਨੇਟ ਕਰਨ ਵਾਲਾ ਉਹਨੂੰ ਰਸੀਦ ਦੇਣੀ ਹੈ ਤਾਂ ਰਸੀਦ ਤਾਂ ਹੀ ਦਿੱਤੀ ਜਾਵੇ ਨਾ ਜੇ ਉਹਦੀ ਜਾਂਚ ਪੜਤਾਲ ਹੋਵੇ ਉਹ ਜਾਂਚ ਪੜਤਾਲ 'ਚ ਸਾਰਾ ਸਮਾਨ ਨਕਲੀ ਸਾਹਮਣੇ ਆ ਗਿਆ ਮਜ਼ੇ ਦੀ ਗੱਲ ਇਹ ਹੈ ਵੀ ਨਾ ਇਹਨਾਂ ਚੀਜ਼ ਮੈਨੂੰ ਕੋਈ ਹੈਂਡਓਵਰ ਕੀਤੀ ਹੈ ਨਾ ਮੈਂ ਇਹਨਾਂ ਨੂੰ ਕੋਈ ਉਹਦਾ ਉਹਦੀ ਕੋਈ ਰਸੀਦ ਦਿੱਤੀ ਹੈ ਰਸੀਦ ਕਮੇਟੀ ਨੇ ਦੇਣੀ ਹੈ ਸਮਾਨ ਕਮੇਟੀ ਕੋਲ ਜਾਣਾ ਸਾਡਾ ਤਾਂ ਵਿੱਚ ਪਤਾ ਨਹੀਂ ਇਹਨੇ ਕਿਉਂ ਰੇਡ ਕਾ ਪਾ ਦਿੱਤਾ ਫਿਰ ਜਦ ਇਹਦਾ ਇਹ ਗੁਨਾਹ ਖੁੱਲ ਗਿਆ ਜਾਂਚ ਪੜਤਾਲ ਵਿੱਚ ਸੋਨਾ ਨਹੀਂ ਪਾਇਆ ਗਿਆ ਤਾਂ ਇਹਨੇ ਸਾਡੇ ਤੇ ਇਲਜ਼ਾਮ ਲਾਉਣੇ ਸ਼ੁਰੂ ਕਰਦੇ ਜੀ ਇਹ ਤਾਂ 70 ਲੱਖ ਰੁਪਇਆ ਲੈ ਗਿਆ ਇਹ 25 ਲੱਖ ਦੀ ਮੈਂ ਲੋਹੀ ਦਿੱਤੀ ਮੈਂ ਤਾਂ ਇਹ ਇਹਨੂੰ ਪੁੱਛਣਾ ਚਾਹਣਾ ਤੁਹਾਡੇ ਮਾਧਿਅਮ ਰਾਹੀਂ ਕਿ ਉਹ 25 ਲੱਖ ਦੀ ਲੋਹੀ ਤੁਸੀਂ ਲਈ ਕਿੱਥੋਂ ਕੋਈ ਸ਼ੋਰੂਮ ਹੋਏਗਾ ਕੋਈ 25-25 ਲੱਖ ਦੀਆਂ ਲੋਹੀਆਂ ਬਾਹਰ ਆਲੂਆਂ ਵਾਲੀਆਂ ਰੇੜੀਆਂ ਤੇ ਤਾਂ ਨਹੀਂ ਮਿਲਦੀਆਂ ਕੋਈ ਭਿੰਡੀਆਂ ਤਾਂ ਨਹੀਂ ਵੀ ਸਬਜ਼ੀ ਮੰਡੀ ਚੋਂ ਲੈ ਲੀਆਂ ਰਸੀਦ ਕੋਈ ਨਹੀਂ ਕਮਜ਼ ਕਮ ਉਹਦੀ ਕੋਈ ਰਸੀਦ ਦੇ ਦਿਓ ਕੋਈ ਦਾ ਬਿੱਲ ਦੇ ਦਿਓ ਜੇ ਬਿੱਲ ਨਹੀਂ ਹੈਗਾ ਤਾਂ ਦੁਕਾਨ ਦੱਸ ਦਿਓ ਜਿੱਥੋਂ ਲਈ ਹੈ ਲੇਕਿਨ ਰੇਡ ਤੁਹਾਡੇ ਨਾਲ ਹੀ ਕਿਉਂ ਤੁਹਾਡੇ ਉੱਤੇ ਯਾਰੋ ਲੈ ਆ ਕਿ ਜਦ ਪਹਿਲੇ ਇਹਨਾਂ ਨੇ ਇੱਕ ਵੀਡੀਓ ਚ ਕਿਹਾ ਵੀ ਤਿੰਨ ਬੰਦਿਆਂ ਦੇ ਨਾਮ ਲੈ ਵੀ 12 ਅਪ੍ਰੈਲ ਐਸੇ ਹੀ ਸਾਲ 2022 ਨੂੰ ਗੁਰਦਿਆਲ ਸਿੰਘ ਬਲਦੇਵ ਸਿੰਘ ਤੇ ਸੁਖਦੇਵ ਸਿੰਘ ਉਹ ਮੇਰੀ ਪੱਗ ਲਾਉਣਾ ਚਾਹੁੰਦੇ ਨੇ ਇਹਨੇ ਵੀਡੀਓ ਚ ਬੋਲਿਆ ਉਹ ਮੈਂ ਤੁਹਾਨੂੰ ਭੇਜ ਦੇਵਾਂਗਾ ਸੁਣਾ ਦਿਓ ਫਿਰ ਇਹਨੇ ਸਾਰਾ ਸਮਾਨ ਵੀਡੀਓ ਚ ਇੱਕ ਇੱਕ ਚੀਜ਼ ਦਾ ਮੁੱਲ ਦਿੱਸੇ ਦੱਸਿਆ ਤੇ ਬਾਅਦ ਚ ਇਹਨੇ ਕਿਹਾ ਵੀ ਸਾਰੇ ਬਿੱਲ ਮੇਰੇ ਕੋਲ ਨੇ ਡਿਟੇਲਾਂ ਮੇਰੇ ਕੋਲ ਨੇ ਜਿੰਨੇ ਲੈਣੀਆਂ ਲੈ ਲਓ ਇਹ ਇਸ ਤਰ੍ਹਾਂ ਬਣਿਆ ਇੰਨਾ ਪਿੱਤਰ ਲੱਗਿਆ ਇੰਨਾ ਤਾਂਬਾ ਲੱਗਿਆ ਇੰਨਾ ਸੋਨਾ ਲੱਗਿਆ 28 28 ਲਹਿਰਾਂ ਲੱਗਣ ਦਾ ਇਹ ਜ਼ਿਕਰ ਕਰਦਾ ਕਹਿੰਦਾ ਜੇ ਨਾ ਹੋਣ ਤੇ ਮੈਂ ਸੁਨਿਆਰਾ ਫੜ ਲਵਾਂਗਾ ਪਹਿਲਾਂ ਤਾਂ ਇਹ ਬੋਲ ਰਿਹਾ ਜਦ ਇਹਦੀ ਉਹ ਗੱਲ ਸਾਹਮਣੇ ਆ ਗਈ ਫਿਰ ਇਹ ਨੇ ਸਾਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ ਉੱਤੇ ਇੱਕ ਗਰੁੱਪ ਹੈਗਾ ਜਿਹੜਾ ਪਹਿਲੇ ਦਿਨ ਤੋਂ ਸਾਡੀ ਨਿਯੁਕਤੀ ਤੋਂ ਲੈ ਕੇ ਅੱਜ ਤੱਕ ਉਹ ਸਾਡੀ ਨਿਯੁਕਤੀ ਦੇ ਅਨਹੈਪੀ ਹੈ ਉਹਨਾਂ ਨਾਲ ਰਲ ਕੇ ਇਹ ਵੀਡੀਓ ਚ ਮੈਨੂੰ ਕਹਿ ਰਿਹਾ ਬਈ ਉਹ ਬਲਦੇਵ ਸਿੰਘ ਤੇ ਦੂਜੇ ਤੁਹਾਡੇ ਖਿਲਾਫ ਪਗ ਲਾਉਣ ਦੀ ਸਾਜ਼ਿਸ਼ ਕਰ ਰਹੇ ਨੇ ਤੇ ਹੋ ਸਕਦਾ ਉਹਨਾਂ ਨੂੰ ਮੇਰੇ ਖਿਲਾਫ ਕੀ ਹੋਵੇ ਜੋ ਤੁਸੀਂ ਅੱਜ ਖ਼ਾਕੀ ਵਿੱਚ ਦੇਖਦੇ ਹੋ ਪੰਜਾਬ ਦੇ ਵਿਚਕਾਰ ਇਸ ਵੇਲੇ ਅਗਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਐਸਜੀਪੀਸੀ ਵੱਲੋਂ ਜੇ ਹੈ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਰਿਆਣਾ ਐਸਜੀਪੀਸੀ ਨੂੰ ਲੈ ਕੇ ਤੁਸੀਂ ਕਿਵੇਂ ਸਮਝਦੇ ਹੋ ਜੇ ਇਹ ਜੇ ਦੂਜੀ ਸੂਬਿਆਂ ਦੀ ਕਮੇਟੀ ਬਣਨ ਜਾ ਰਹੀ ਹੈ ਐਸਜੀਪੀਸੀ ਕਿਤੇ ਨਾ ਕਿਤੇ ਇਹ ਐਸਜੀਪੀਸੀ ਨੂੰ ਤੋੜਨ ਦੀ ਸਾਜ਼ਿਸ਼ ਹੈ ਜੋ ਧਾਮੀ ਸਾਹਿਬ ਕਹਿ ਰਹੇ ਨੇ ਜਿਹੜੀ ਸਾਡੇ ਸਿੱਖਾਂ ਦੀ ਇੱਕ ਬਹੁਤ ਵੱਡੀ ਵਰਲਡ ਵਾਈਡ ਵਰਲਡ ਵਿੱਚ ਜਿਹਦੇ ਬਰਾਬਰ ਕੋਈ ਸੰਸਥਾ ਹੋਰ ਨਹੀਂ ਹੈਗੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸ ਵੇਲੇ ਵੀ 28000 ਉਹਦੇ ਕਰਮਚਾਰੀ ਨੇ ਜਿਹਦੇ ਵਿੱਚ ਡਰਾਈਵਰ ਤੋਂ ਲੈ ਕੇ ਡਾਕਟਰ ਤੱਕ ਨੇ ਔਰ ਉਹਨਾਂ ਸਾਰਿਆਂ ਦੇ ਪਰਿਵਾਰ ਨੇ 28000 ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਅਜੇ ਕਰਮਚਾਰੀ ਉਹਨਾਂ ਦੀ ਸੇਵਾ ਕਰ ਰਹੇ ਲੱਖ ਡੇਢ ਲੱਖ ਬੰਦਾ ਰੋਜ਼ ਦਰਬਾਰ ਸਾਹਿਬ ਕੱਲੇ ਲੰਗਰ ਛਕਦਾ ਸਾਰੇ ਗੁਰਦੁਆਰੇ ਮਿਲਾਰੇ ਤੇ ਮਿਲ ਕੇ 5 ਲੱਖ ਬੰਦਾ ਲੰਗਰ ਛਕਦਾ ਹੋਏਗਾ ਕੈਂਸਰ ਦੇ ਮਰੀਜ਼ਾਂ ਨੂੰ ਉਹ ਵੱਖਰਾ ਏਡ ਦਿੰਦੀ ਹੈ 20-20 ਹਜ਼ਾਰ ਰੁਪਇਆ ਉਹਨਾਂ ਨੂੰ ਇੱਕ ਸ਼ਰਮਣੀ ਕਮੇਟੀ ਦਿੰਦੀ ਹੈ ਦੁਨੀਆਂ 'ਚ ਕਿਤੇ ਸਿੱਖਾਂ ਦਾ ਕੋਈ ਮਸਲਾ ਹੋਵੇ ਮਨੁੱਖਤਾ ਦਾ ਕੋਈ ਮਸਲਾ ਹੋਵੇ ਇਹ ਸ਼੍ਰੀਨਗਰ ਬਾੜ ਆਈ ਤਾਂ ਸਰਕਾਰਾਂ ਨੇ ਹੱਥ ਖੜੇ ਕਰ ਦਿੱਤੇ ਸ਼ਰਮਣੀ ਕਮੇਟੀ ਨੇ ਆਪਣੇ ਹੈਲੀਕਾਪਟਰ ਹਾਇਰ ਕਰਕੇ ਔਰ ਉੱਥੇ ਲੰਗਰ ਪਹੁੰਚਾਇਆ ਦਵਾਈਆਂ ਪਹੁੰਚਾਈਆਂ ਮਕਾਨ ਬਣਾ ਕੇ ਦਿੱਤੇ ਇਹ ਇੱਕ ਬਹੁਤ ਵੱਡੀ ਸ਼ਹੀਦਾਂ ਦਾ ਇਹਦੇ ਤੇ ਸਿਰ ਲੱਗੇ ਨੇ ਤੇ ਫੇਰ ਇਸ ਸੰਸਥਾ ਹੋਂਦ ਚਾਹੀਏ ਅੱਜ ਜਗ੍ਹਾ ਜਗ੍ਹਾ ਇਸ ਸੰਸਥਾ ਨੂੰ ਛਿੰਨ ਬੰਨ ਕਰਨ ਦਾ ਇਹਨੂੰ ਤੋੜਨ ਦਾ ਕਮਜ਼ੋਰ ਕਰਨ ਦਾ ਜਿਹੜਾ ਯਤਨ ਹੈ ਉਹ ਚੱਲ ਰਿਹਾ ਹੈ ਇਹਦੇ ਪਿੱਛੇ ਕੌਣ ਹੈਗਾ ਉਹ ਨਹੀਂ ਅਸੀਂ ਜਾਣਦੇ ਪਰ ਅਸੀਂ ਇਹਨਾਂ ਜਾਣਨੇ ਆਂ ਵੀ ਇਹ ਸਿੱਖਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦਾ ਇੱਕ ਗਿਣਿਆ ਮਿਥਿਆ ਪ੍ਰੋਗਰਾਮ ਹੈ ਦਾਦੂਵਾਲ ਸਾਹਿਬ ਕਹਿੰਦੇ ਨੇ ਕਿ ਐਸਜੀਪੀਸੀ ਦੀ ਚੋਣਾਂ ਆਉਣ ਵਾਲੀਆਂ ਨੇ ਇਸ ਵਾਸਤੇ ਹਰਿਆਣਾ ਐਸਜੀਪੀਸੀ ਜੂੰ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਜਿਹੜਾ ਇਹ ਜਿਹੜੀ ਗੱਲ ਦਾਦੂਵਾਲ ਜੀ ਨੇ ਕਹੀ ਹੈ ਉਹ ਉਹਦੇ ਬਾਰੇ ਦਾਦੂਵਾਲ ਜੀ ਹੀ ਦੱਸ ਸਕਦੇ ਨੇ ਮੈਨੂੰ ਤਾਂ ਜੋ ਸਮਝ ਆਈ ਹੈ ਮੈਂ ਤੁਹਾਡੇ ਨਾਲ ਗੱਲ ਕਰ ਲਈ ਸਰ ਕਿਵੇਂ ਦੇਖਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਇੱਕ ਅਮ੍ਰਿਤਪਾਲ ਜਿਹਨੂੰ ਕੋਈ ਨਹੀਂ ਜਾਣਦਾ ਸੀ ਇੱਕ ਤਾਂ ਸਾਹਮਣੇ ਆਂਦੇ ਪਿੰਡਰਾ ਵਾਲਾ ਦੇ ਪਿੰਡ ਤੋਂ ਉਹ ਆਪਣੀ ਉਹ ਲੈਂਦੇ ਨੇ ਪਿੰਡਰਾ ਵਾਲੇ ਦੇ ਪਰਿਵਾਰ ਦੇ ਲੋਕ ਕਹਿੰਦੇ ਕਿ ਇਹ ਉਹਨਾਂ ਦੀ ਫਿਊਚਰ ਨਹੀਂ ਹੈਗਾ ਇਹਨਾਂ ਦੇ ਬੱਚੇ ਨਹੀਂ ਹੈਗੇ ਲੇਕਿਨ ਤੁਸੀਂ ਕਿਵੇਂ ਦੇਖਦੇ ਹੋ ਅਮ੍ਰਿਤਪਾਲ ਦੀ ਹੁਣ ਤੱਕ ਦੀ ਜੇ ਜਵਾਨੀ ਗੱਲਾਂ ਕਹਿ ਰਹੇ ਨੇ ਭਾਵੇਂ ਉਹ ਸਿੱਖ ਕੌਮ ਨੂੰ ਲੈ ਕੇ ਹੋਵੇ ਹਿੰਦੂ ਕੌਮ ਨੂੰ ਲੈ ਕੇ ਹੋਵੇ ਜਾਂ ਫਿਰ ਸਿਮਰਨਜੀਤ ਸਿੰਘ ਮਾਨ ਨੂੰ ਅਕਾਲੀ ਦਲ ਨੂੰ ਜਾਂ ਫਿਰ ਆਪਾਂ ਕੀ ਕਾਂਗਰਸ ਨੂੰ ਲੈ ਕੇ ਮੈਨੂੰ ਪਤਾ ਹੀ ਨਹੀਂ ਅਮਰਤਪਾਲ ਹੈ ਕੌਣ ਮੈਂ ਨਾ ਹੀ ਤੁਹਾਡੇ ਕੋ ਸੁਣ ਰਿਹਾ ਤੇ ਜਿਹਦੇ ਬਾਰੇ ਮੈਂ ਜਾਣਦਾ ਨਹੀਂ ਮੈਂ ਕੀ ਉਹਦੇ ਬਾਰੇ ਕਹਿ ਸਕਦਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਅਜਿਹਾ ਬੰਦਾ ਜਿਸ ਦੇ ਪਿੱਛੇ ਲੱਖਾਂ ਦੇ ਤਦਾਰ ਦੇ ਵਿੱਚਕਾਰ ਨੌਜਵਾਨ ਬੱਚੇ ਲੱਗੇ ਨੇ ਬਹੁਤ ਲੋਕ ਅੰਮ੍ਰਿਤ ਵਿੱਚ ਛੱਕ ਰਹੇ ਨੇ ਵਧੀਆ ਗੱਲ ਹੈਗੀ ਅਸੀਂ ਨਹੀਂ ਕਹਿੰਦੇ ਗਲਤ ਗੱਲ ਹੈਗੀ ਪਰ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਅੰਮ੍ਰਿਤ ਛਕਣਾ ਹਰ ਸਿੱਖ ਦੀ ਇੱਕ ਆਤਮਿਕ ਇੱਛਾ ਹੈ ਇੱਕ ਪ੍ਰੇਮ ਦੀ ਭਾਵਨਾ ਗੁਰੂ ਨੂੰ ਸਮਰਪਿਤ ਹੋਣ ਦੀ ਅੰਮ੍ਰਿਤ ਛਕ ਰਹੇ ਨੇ ਬੜੀ ਚੰਗੀ ਗੱਲ ਹੈ ਪਰ ਮੈਨੂੰ ਨਹੀਂ ਪਤਾ ਵੀ ਅਮਰਿਤਪਾਲ ਸਿੰਘ ਕੌਣ ਹੈ ਕਿੱਥੋਂ ਆਇਆ ਹੈ ਕਿੱਥੇ ਰਹਿੰਦਾ ਹੈ ਕੀ ਕਰਦਾ ਹੈ ਮੈਨੂੰ ਉਹਦੇ ਬਾਰੇ ਕੱਖ ਵੀ ਨਹੀਂ ਪਤਾ ਅਛਾਉਣ ਵਾਲੇ ਦਿਨਾਂ ਦੇ ਵਿਚਕਾਰ ਤੁਸੀਂ ਕੀ ਕਾਨੂੰਨੀ ਲੜਾਈ ਲੜਨ ਦੀ ਤਿਆਰੀ ਕਰ ਰਹੇ ਹੋ ਅਸੀਂ ਹਰ ਤਰ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਬੇਨਤੀ ਕੀਤੀ ਹੈ ਅਸੀਂ ਸਮਾਜਿਕ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਡਿਸਕਸ ਕਰ ਰਹੇ ਆ ਅਸੀਂ ਬੁੱਧੀਜੀਵੀਆਂ ਨਾਲ ਵੀ ਗੱਲਬਾਤ ਕਰ ਰਹੇ ਆ ਅਸੀਂ ਕਾਨੂੰਨ ਵਿਦ ਜਿਹੜੇ ਨੇ ਉਹ ਜਿਹੜੇ ਕਾਨੂੰਨ ਦੇ ਜਾਣਕਾਰ ਨੇ ਉਹਨਾਂ ਨਾਲ ਵੀ ਰਾਏ ਕਰ ਰਹੇ ਆਂ ਔਰ ਵੱਡੇ ਪੱਧਰ ਤੇ ਅਸੀਂ ਕਰਾਂਗੇ ਅਸੀਂ ਪਿੱਛੇ ਨਹੀਂ ਹਟਾਵਾਂਗੇ ਜਿੰਨਾ ਚਿਰ ਸੱਚ ਸਾਹਮਣੇ ਨਹੀਂ ਆ ਜਾਂਦਾ ਅਸੀਂ ਜੂਝਾਂਗੇ ਉਹਦੇ ਲਈ ਸਾਨੂੰ ਭਾਵੇਂ ਆਪਣੇ ਪ੍ਰਾਣ ਵੀ ਦੇਣੇ ਪੈਣ ਅਸੀਂ ਪਰਵਾਹ ਨਹੀਂ ਕਰਾਂਗੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕਹਿਣਾ ਕਿ ਸੱਚ ਦੀ ਜਾਂਚ ਜੇ ਹੈ ਕਰਾਈ ਜਾਏਗੀ ਤੇ ਸੱਚ ਲੋਕਾਂ ਦੇ ਸਾਹਮਣੇ ਆਊਗਾ ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਚਲਵਾਨ ਦੇ ਐਨਿਕ ਸਵੇਰਾ ਟੀਵੀ ਗੁਰੂ ਸਮੀਰ ਜੀ ਤੁਹਾਡੇ ਸ਼ਹਿਰ ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਦੇਖੋ ਦੇਸ਼ ਵਿਦੇਸ਼ ਬੈਠੇ ਸਾਨੂੰ ਵਟਸਐਪ ਤੇ ਵੀ ਕਾਲ ਕਰ ਸਕਦੇ ਆ ਘਰ ਬੈਠੇ 11 ਮਿੰਟਾਂ ਚ 101% ਗਰੰਟੀ ਨਾਲ ਵਸ਼ੀਕਰਨ ਅਤੇ ਮੁਟਕਰਨੀ ਦੇ ਮਾਹਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਦਾ ਕਹਿੰਦੇ ਨਹੀਂ ਕਰਕੇ ਦਿਖਾਉਂਦੇ ਆ ਨੌਕਰੀ ਪ੍ਰਮੋਸ਼ਨ ਕਾਰੋਬਾਰ ਚ ਪਰੇਸ਼ਾਨੀ ਘਰ ਚ ਝਗੜਾ ਬਰਕਤ ਔਲਾਦ ਕਹਣੇ ਤੋਂ ਬਾਹਰ ਹੋਣਾ ਕੋਰਟ ਕੇਸ ਤਲਾਕ ਪ੍ਰੋਪਰਟੀ ਡਿਸਪਿਊਟ ਗੁਪਤ ਰੋਗ ਪੁਰਾਣਾ ਦਰਦ ਪਤੀ ਪਤਨੀ ਚ ਅਣਬਣ ਜਾਦੂ ਟੋਣਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੜਵਾਓ ਸੋਤਨ ਦੁਸ਼ਮਨ ਤੋਂ ਛੁਟਕਾਰਾ ਸਦਾਲੇ ਰੂਸੇ ਨੂੰ ਮਨਾਉਣਾ ਪਿਆਰ ਮੁਹੱਬਤ ਸੰਪਰਕ ਕਰੋ 9958635478